ਇਸ ਦੇ ਨਾਲ ਹੀ ਰੁਕ ਕਰ ਲੈਂਦੇ ਹਾਂ ਕਪੂਰਥਲਾ ਵੱਲ, ਜਿੱਥੇ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਕਪੂਰਥਲਾ ਵਿੱਚ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਪੰਮਾ ਨੇ ਘਰ ਘਰ ਜਾ ਕੇ ਪਾਰਟੀ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ। ਪੰਮਾ ਦੇ ਨਾਲ ਉਹਨਾਂ ਦੇ ਸਮਰਥਕ ਵੀ ਸ਼ਹਿਰ ਦੇ ਹਰ ਵਾਰਡ ਵਿੱਚ ਜਾ ਕੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਨੇ। ਮੈਂ ਅੱਜ ਕਾਰਤਿਕ ਆਹਲੂਵਾਲੀਆ ਨੂੰ ਵਾਰਡ ਨੰਬਰ 9 ਦੇ ਵਿੱਚ ਯੂਥ ਦਾ ਪ੍ਰਧਾਨ ਅਨਾਊਂਸ ਕੀਤਾ ਹੈ ਅਤੇ ਮੈਂ ਕਾਰਤਿਕ ਆਹਲੂਵਾਲੀਆ ਤੋਂ ਉਮੀਦ ਕਰਦਾ ਹਾਂ ਕਿ ਇਹ ਅਕਾਲੀ ਦਲ ਬਾਦਲ, ਸਰਦਾਰ ਪਰਮਜੀਤ ਸਿੰਘ ਜੀ ਐਡਵੋਕੇਟ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਾਡੇ ਪੂਰੇ ਕਪੂਰਥਲੇ ਹਲਕੇ ਦੀ ਅਤੇ ਜੋ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਵਾਰਡ ਨੰਬਰ 9 ਦੀ ਯੂਥ ਦੀ ਪ੍ਰਧਾਨਗੀ ਦੀ, ਇਹ ਪੂਰੀ ਦਿਨ ਰਾਤ ਆਪਣੀ ਸਮੁੱਚੀ ਟੀਮ ਦੇ ਨਾਲ ਪੂਰੀ ਤਨਦੇਹੀ ਨਾਲ ਸੇਵਾ ਕਰਨਗੇ। ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ, ਅਵੀ ਰਾਜਪੂਤ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 9 ਦਾ ਪ੍ਰਧਾਨ ਬਣਾਇਆ ਅਤੇ ਮੈਂ ਆਪਣੀ ਪਾਰਟੀ ਦੀ ਦਿਨ ਰਾਤ ਮਿਹਨਤ ਨਾਲ ਲਗਨ ਨਾਲ ਕਰੂੰਗਾ।